ਬਾਬੂਸ਼ਾਹੀ ਟਾਈਮਸ 'ਚ ਸਭ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਜਿਹੜੀਆਂ ਨੇ ਨਜ਼ਦੀਕ ਆ ਰਹੀਆਂ ਨੇ ਅਤੇ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਜਿੱਥੇ ਵੱਖ ਵੱਖ ਸਿਆਸੀ ਧਿਰਾਂ ਆਪਣੀਆਂ ਆਪਣੀਆਂ ਤਿਆਰੀਆਂ 'ਚ ਲੱਗੀਆਂ ਨੇ। ਉੱਥੇ ਬਹੁਤ ਸਾਰੇ ਜਿਹੜੇ ਇੰਡੀਵਿਜੁਅਲ ਤੌਰ 'ਤੇ ਕੈਂਡੀਡੇਟਸ ਵੀ ਨੇ, ਜਿਹੜੇ ਚਾਹਵਾਨ ਨੇ ਇਸ ਚੋਣਾਂ 'ਚ ਆਪਣਾ ਲੱਕ ਅਜਮਾਉਣ ਦੇ ਲਈ, ਤਾਂ ਉਹ ਵੀ ਆਪਣਾ ਜਿਹੜਾ ਹੈਗਾ ਅਨਾਊਂਸ ਕਰ ਰਹੇ ਨੇ ਕਿ ਉਹ ਚੋਣ ਲੜਨ ਜਾ ਰਹੇ ਨੇ। ਇੰਡੀਵਿਜੁਅਲ ਕੈਂਡੀਡੇਟਸ ਦੀ ਗੱਲ ਕਰੀਏ ਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਵੱਡੀ ਅਪਡੇਟ ਹੈ, ਇੱਕ ਵੱਡੀ ਖਬਰ ਹੈ। ਫਰੀਦਕੋਟ ਲੋਕ ਸਭਾ ਹਲਕਾ ਤੋਂ ਸਰਬਜੀਤ ਸਿੰਘ ਖਾਲਸਾ ਨੇ ਚੋਣ ਲੜਨ ਦਾ ਫਿਰ ਤੋਂ ਫੈਸਲਾ ਕੀਤਾ ਹੈ। ਸਰਬਜੀਤ ਸਿੰਘ ਬਾਰੇ ਤੁਹਾਨੂੰ ਅਸੀਂ ਦੱਸ ਦਈਏ, ਭਾਰਤ ਦੇ ਪ੍ਰਧਾਨ ਮੰਤਰੀ ਰਹੇ ਇੰਦਰਾ ਗਾਂਧੀ, ਜਿਨ੍ਹਾਂ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਬੇਅੰਤ ਸਿੰਘ ਤੇ ਸਤਵੰਤ ਸਿੰਘ ਵੱਲੋਂ, ਤਾਂ ਬੇਅੰਤ ਸਿੰਘ ਦੇ ਪੁੱਤਰ ਨੇ ਸਰਬਜੀਤ ਸਿੰਘ, ਤੇ ਇਹ ਇਸ ਤੋਂ ਪਹਿਲਾਂ ਵੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਜਿਹੜਾ ਹੈਗਾ ਇਲੈਕਸ਼ਨ ਕੰਟੈਸਟ ਕਰ ਚੁੱਕੇ ਨੇ, ਤੇ ਇਸ ਵਾਰੀ ਫਿਰ ਫਰੀਦਕੋਟ ਤੋਂ ਇਲੈਕਸ਼ਨ ਲੜਨ ਜਾ ਰਹੇ ਨੇ, ਸਾਡੇ ਨਾਲ ਗੱਲਬਾਤ ਕਰਨਗੇ। ਸਰਬਜੀਤ ਸਿੰਘ ਜੀ, ਕੀ ਕਾਰਨ ਹੈ ਜੀ ਇਸ ਵਾਰ ਫਿਰ ਤੋਂ ਤੁਸੀਂ ਜਿਹੜਾ ਹੈਗਾ ਚੋਣ ਲੜਨ ਦਾ ਫੈਸਲਾ ਕੀਤਾ ਹੈ, ਇਹਦੇ ਬਾਰੇ ਜ਼ਰਾ ਦੱਸੋ ਸਾਨੂੰ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ 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 ਦਰਅਸਲ ਨਾ ਜਿਹੜੀ ਆਪਣੀ ਫਰੀਦਕੋਟ ਦੀ ਸੰਗਤ ਹੈ ਨਾ, ਇਹਨਾਂ ਨੇ ਮੈਨੂੰ ਅਪਰੋਚ ਕੀਤਾ ਸੀ। ਫਰੀਦਕੋਟ ਦੇ ਆਏ ਸੀ ਕੁਛ ਆਪਣੇ ਸਿੰਘ, ਤੇ ਉਹ ਕਹਿੰਦੇ ਜੀ ਤੁਸੀਂ ਇਸ ਵਾਰੀ ਫਰੀਦਕੋਟ ਤੋਂ ਇਲੈਕਸ਼ਨ ਲੜੋ ਇੰਡੀਪੈਂਡੈਂਟ। ਮੈਂ ਤਾਂ ਉਹਨਾਂ ਨੂੰ ਵੈਸੇ ਜਵਾਬ ਦਿੱਤਾ ਸੀ ਬਈ ਨਹੀਂ, ਹੈ ਨਾ, ਬਈ ਅਸੀਂ ਬਈ ਮੈਂ ਨਹੀਂ ਲੜ ਸਕਦਾ, ਨਹੀਂ ਲੜਨਾ ਚਾਹੁੰਦਾ, ਪਰ ਜੀ ਉਹਨਾਂ ਨੇ ਫਿਰ ਪ੍ਰੈਸ਼ਰਾਈਜ਼ ਕਰਕੇ ਚਲੋ ਫਿਰ ਮੈਂ ਕਿਹਾ ਕੋਈ ਨਹੀਂ ਦੇਖ ਲੈਂਦੇ ਹਾਂ ਜੀ, ਵੀ ਲੜ ਲੈਂਦੇ ਹਾਂ। ਫਿਰ ਐਕਚੁਅਲੀ ਨਾ ਫਿਰ ਉਸ ਤੋਂ ਬਾਅਦ ਜਦ ਨਿਊਜ਼ਪੇਪਰ ਦੇ ਵਿੱਚ ਆਇਆ ਬਈ ਐਵੇਂ ਲੜ ਰਿਹਾ ਮੈਂ, ਜੀ ਤਾਂ ਸੰਗਤ ਦਾ ਉਤਸ਼ਾਹ ਬਹੁਤ ਦੇਖਣ ਨੂੰ ਮਿਲਿਆ, ਬਹੁਤ ਵਧੀਆ ਹੁੰਗਾਰਾ ਆਇਆ, ਤਾਂ ਫਿਰ ਮੇਰਾ ਮਨ ਮਤਲਬ ਹੋ ਗਿਆ ਵੀ ਨਹੀਂ ਹੁਣ ਆਪਾਂ ਇਸ ਵਾਰੀ ਲੜਾਂਗੇ। ਠੀਕ ਹੈ। ਤੇ ਇਸ ਤੋਂ ਪਹਿਲਾਂ ਤੁਸੀਂ ਬਠਿੰਡਾ ਤੇ ਫਤਿਹਗੜ੍ਹ ਸਾਹਿਬ ਤੋਂ ਮੇਰੇ ਖਿਆਲ ਤੁਸੀਂ ਚੋਣ ਲੜ ਚੁੱਕੇ ਹੋ, ਹਾਂਜੀ ਤੇ ਹਾਂਜੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਤੁਸੀਂ ਭਦੌੜ ਸੀਟ ਤੋਂ। ਦੌੜ ਤੋਂ ਹਾਂਜੀ ਜੀ ਜੀ ਪਰ ਜਿਵੇਂ ਕਾਮਯਾਬੀ ਤੁਹਾਨੂੰ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਨਹੀਂ ਹੁੰਦਾ ਸੀਗਾ ਕਿ ਸ਼ਾਇਦ ਲੋਕ ਉਸ ਕਦਰ ਜਿਹੜਾ ਤੁਸੀਂ ਚਾਹੁੰਦੇ ਹੋ ਪਿਆਰ ਨਹੀਂ ਦਿੰਦੇ ਜਾਂ ਉਹ ਫਤਵਾ ਨਹੀਂ ਦਿੰਦੇ? ਨਹੀਂ ਜੀ, ਬਹੁਤ ਪਿਆਰ ਹੈ, ਵਧੀਆ ਵੋਟ ਆਪਾਂ ਨੂੰ ਨਿਕਲਦੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਐਕਚੁਅਲੀ ਸਮੇਂ ਦਾ ਵੀ ਥੋੜਾ ਜਿਹਾ ਹੁੰਦਾ ਜੀ, ਹੈ ਨਾ, ਤੇ ਇਸ ਵਾਰੀ ਮਹਾਰਾਜ ਦੇਖੋ ਤੁਸੀਂ ਚੜ੍ਹਦੀ ਕਲਾ ਕਰੂਗਾ ਤੇ ਜਿੱਤ ਆਪਣੀ ਹੋਊਗੀ ਜੀ ਇਸ ਵਾਰੀ ਫਰੀਦਕੋਟ ਤੋਂ। ਅੱਛਾ, ਫਰੀਦਕੋਟ ਦੀ ਸੀਟ ਨੂੰ ਕਿਵੇਂ ਵੱਖ ਦੇਖਦੇ ਹੋ ਤੁਸੀਂ, ਕਿਉਂਕਿ ਇੱਥੇ ਜਿਹੜਾ ਤੁਹਾਡਾ ਮੁਕਾਬਲਾ ਹੋਣਾ ਹੈ ਉਹ ਵੀ ਇਹ ਕਿਹਾ ਜਾ ਰਿਹਾ ਕਿ ਫਰੀਦਕੋਟ ਦੀ ਜਿਹੜੀ ਸੀਟ ਹੈ ਉਹ ਬੜੀ ਡਿਫਰੈਂਟ ਹੈ, ਉੱਥੇ ਵੱਡੇ ਫਨਕਾਰ ਜਿਹੜੇ ਨੇ ਉਹ ਆਹਮਣੇ ਸਾਹਮਣੇ ਨੇ ਬੀਜੇਪੀ ਵੱਲੋਂ, ਹੰਸਰਾਜ ਹੰਸ ਉੱਥੋਂ ਚੋਣ ਲੜ ਰਹੇ ਨੇ, ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਲੜ ਰਹੇ ਨੇ, ਤਾਂ ਕਿਵੇਂ ਤੁਸੀਂ ਮੁਕਾਬਲਾ ਦੇਖਦੇ ਹੋ ਤੇ ਇਸ ਸੀਟ ਨੂੰ ਹੋਰ 12 ਸੀਟਾਂ ਨਾਲੋਂ ਕਿਵੇਂ ਵੱਖ ਦੇਖ ਰਹੇ ਹੋ? ਐਵੇਂ ਹੈ ਜੀ, ਦੇਖੋ ਹੁਣ ਸਿੱਖ ਪੰਥ ਨੇ ਫੈਸਲਾ ਕਰਨਾ ਹੈ, ਕਿਉਂਕਿ ਜਿਹੜੀ ਫਰੀਦਕੋਟ ਹਲਕਾ ਹੈ ਇਹ ਮਤਲਬ ਪੇਂਡੂ ਏਰੀਆ, ਪੇਂਡੂ ਹਲਕਾ ਵੱਧ ਹੈ, ਤੇ ਇਹਦੇ ਵਿੱਚ ਜਿਹੜੇ ਸਿੱਖ ਮਾਇੰਡਿਡ ਲੋਕ, ਮਹਾਰਾਜ ਨੂੰ ਮਤਲਬ ਮੰਨਣ ਵਾਲੇ ਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਬਹੁਤ ਜ਼ਿਆਦਾ ਹੈ,
ਤੇ ਇਸ ਲਈ ਅਸੀਂ ਫਿਰ ਉਹਨਾਂ ਨੇ ਹੀ ਮੈਨੂੰ ਅਪਰੋਚ ਕੀਤਾ ਵੀ ਤੁਸੀਂ ਆਓ, ਤੇ ਤਾਂ ਫਿਰ ਜਿਹੜੇ ਮੈਂ ਨਹੀਂ ਸਮਝਦਾ ਵੀ ਲੋਕੀ ਬਈ ਸਾਡੇ ਮੁਕਾਬਲੇ ਮੇਰੇ ਮੁਕਾਬਲੇ ਇਸ ਵਾਰੀ ਕਿਸੇ ਸਿੰਗਰ ਨੂੰ ਮਤਲਬ, ਕਿਉਂਕਿ ਐਕਚੁਅਲੀ ਨਾ ਜਿਵੇਂ ਹੁਣ ਭਗਵੰਤ ਮਾਨ ਹੈ ਤੇ ਹੋਰ ਹੈ, ਇਹ ਐਕਟਰਾਂ ਤੋਂ ਥੋੜਾ ਜਿਹਾ ਲੋਕਾਂ ਦਾ ਵਿਸ਼ਵਾਸ ਵੀ ਉੱਠ ਗਿਆ ਹੈ, ਕਿਉਂਕਿ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਤੇ ਉਹਦੇ ਉਹ ਵੀ ਨਹੀਂ ਇਹਨਾਂ ਨੇ ਪੂਰੇ ਕੀਤੇ, ਬਾਕੀ ਹੋਰ ਵੀ ਗੱਲਾਂ 'ਚ ਇਹ ਕਾਮਯਾਬ ਨਹੀਂ ਹੋ ਸਕੇ, ਤੇ ਕੁਛ ਇਹ ਵੀ ਲੋਕਾਂ ਨੂੰ ਹੋ ਗਿਆ ਦਰਸਾਉਂਦੀਆਂ ਇਹਨਾਂ ਦੀਆਂ ਗੱਲਾਂ ਵੀ ਨਹੀਂ, ਜਿਹੜੇ ਇਹ ਐਕਟਿੰਗ ਦਾ ਪ੍ਰੋਫੈਸ਼ਨ ਹੈ ਉਹ ਅਲੱਗ ਚੀਜ਼ ਹੈ, ਸਿਆਸਤ ਇੱਕ ਅਲੱਗ ਚੀਜ਼ ਹੈ, ਇਹ ਬੰਦੇ ਸਿਆਸਤ ਦੇ ਵਿੱਚ ਨਹੀਂ ਕਰ ਸਕਦੇ। ਠੀਕ ਹੈ, ਤੇ ਕੋਈ ਤੁਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਤੁਹਾਡੇ ਤੁਸੀਂ ਸ਼ਿਕਵੇ ਵੀ ਟਾਈਮ ਟੂ ਟਾਈਮ ਜਿਹੜੇ ਆ ਜ਼ਾਹਿਰ ਕਰਦੇ ਰਹੇ ਹੋ ਤੁਸੀਂ ਕੌਮ ਦੇ ਨਾਲ, ਤੇ ਇਸ ਵਾਰ ਤੁਹਾਨੂੰ ਲੱਗਦਾ ਵੀ ਕੋਈ ਸੁਨੇਹਾ ਤੁਹਾਨੂੰ ਦੇਣ ਦੀ ਲੋੜ ਹੈਗੀ ਹੈ, ਕਿਉਂਕਿ ਅੱਗੇ ਤੁਸੀਂ ਪਹਿਲਾਂ ਵੀ ਕਈ ਵਾਰ ਤੁਸੀਂ ਕਿਹਾ ਹੈ ਕਿ ਉਸ ਕਦਰ ਜਿਹੜਾ ਹੈਗਾ ਪਿਆਰ ਨਹੀਂ ਦਿੱਤਾ ਜਾਂਦਾ, ਉਹਦੇ ਪਿੱਛੇ ਕਾਰਨ ਨਹੀਂ, ਕੀ ਹੋਣ? ਕਦਰ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਜੀ, ਕਦਰ ਸਾਡੀ ਬਹੁਤ ਹੈ, ਪਿਆਰ ਵੀ ਬਹੁਤ ਹੈ। ਐਕਚੁਅਲੀ ਜਿਹੜੇ ਆਮ ਲੋਕ ਹੈ ਨਾ, ਜਿੱਦਾਂ ਆਮ ਲੋਕ ਗਰਾਊਂਡਡ ਪੀਪਲ ਜਿਹੜੇ ਗਰਾਊਂਡ ਤੇ ਹੈ, ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਿਆਰ ਹੈ, ਬਹੁਤ ਜ਼ਿਆਦਾ ਪਿਆਰ ਹੈ। ਜਿਹੜੇ ਐਕਚੁਅਲੀ ਪੋਲੀਟੀਕਲ ਲੋਕ ਹੈ, ਜਿਹੜੇ ਮੋਹਰੀ ਹੈ ਸਮਾਜ ਦੇ, ਇਹਨਾਂ ਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਹੈ। ਇਹਨਾਂ ਨੂੰ ਇਹ ਹੁੰਦਾ ਜੀ ਬਈ ਇਹ ਪਰਿਵਾਰ ਜੇ ਸਾਡੇ ਨਾਲ ਤੁਰੂਗਾ ਤਾਂ ਹੀ ਬੇਅੰਤ ਸਿੰਘ ਸ਼ਹੀਦ ਹੈ, ਤਾਂ ਹੀ ਉਹਦੇ ਨਾਲ ਖੜਨਗੇ, ਨਹੀਂ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿਸੇ ਨਾਲ। ਠੀਕ ਹੈ ਜੀ, ਤੇ ਤੁਸੀਂ ਜੇਕਰ ਤੁਹਾਨੂੰ ਮੌਕਾ ਮਿਲਦਾ ਜੀ ਤੇ ਤੁਹਾਨੂੰ ਪਾਰਲੀਮੈਂਟ ਜਾਣ ਦਾ ਮੌਕਾ ਮਿਲੂਗਾ, ਉੱਥੇ ਸਰਕਾਰ ਕਿਉਂਕਿ ਜਿਹਦੀ ਵੀ ਆਉਣੀ ਹੈ, ਤੇ ਤੁਸੀਂ ਆਪਣੀ ਭੂਮਿਕਾ ਕਿਸ ਤਰ੍ਹਾਂ ਦੇ ਨਾਲ ਨਿਭਾਓਗੇ, ਕੋਈ ਉਹਨੂੰ ਲੈ ਕੇ ਕੀ ਕੀ ਸੋਚਦੇ ਹੋ, ਵੀ ਸਭ ਤੋਂ ਪਹਿਲ ਦੇ ਆਧਾਰ ਤੇ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਤੱਕ? ਮੈਂ ਨਾ ਜੀ, ਸਭ ਤੋਂ ਪਹਿਲ ਦੇ ਮੁੱਦੇ ਤਾਂ ਜਿਹੜਾ ਸਾਡਾ ਸਭ ਤੋਂ ਪਹਿਲਾ ਮੁੱਦਾ ਹੈ, ਮਤਲਬ ਸਾਡੇ ਕੋਲੇ ਮੇਰੇ ਕੋਲੇ ਤਿੰਨ ਗੰਭੀਰ ਮੁੱਦੇ ਆ। ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਹੈ, ਤੇ ਇਹਦੇ ਪਿੱਛੇ ਤਾਂ ਅਸੀਂ ਸਿਰ ਧੜਦੀ ਲਾ ਦਾਂਗੇ ਬਈ, ਇਹਦੇ ਵਿੱਚ ਉਹ ਬੰਦਿਆਂ ਦੇ ਨਾਮ ਵੀ ਨਸ਼ਰ ਹੋਣੇ ਚਾਹੀਦੇ ਹੈ, ਠੀਕ ਹੈ ਜੀ, ਅੱਗੇ ਆਉਣੇ ਚਾਹੀਦੇ ਆ ਵੀ ਜਿਨ੍ਹਾਂ ਨੇ ਸਾਰਾ ਕੁਛ ਕੀਤਾ ਹੈ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲਦਾ ਪਿਆ ਹੈ, ਬਈ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਠੱਲ ਪਾਈ ਜਾਏ, ਕਿਸੇ ਨਾ ਕਿਸੇ ਤਰ੍ਹਾਂ ਕੋਈ, ਦੇਖ ਲਓ ਹੁਣ ਸਰਕਾਰ ਬਣੀਆਂ ਕਿੰਨੀਆਂ ਆਈਆਂ, ਭਗਵੰਤ ਮਾਨ ਨੇ ਵੀ ਬਹੁਤ ਕੁਛ ਕਿਹਾ ਸੀ ਜੀ ਅਸੀਂ ਨਸ਼ੇ ਨੂੰ ਬੰਦ ਕਰ ਦਾਂਗੇ, ਹੁਣ ਤੁਹਾਡੇ ਸਾਹਮਣੇ ਹੀ ਹੈ, ਮੈਨੂੰ ਕੋਈ ਇੱਕ ਸਿੰਗਲ ਐਕਸ਼ਨ ਦੱਸ ਦੇਵੇ ਭਗਵੰਤ ਮਾਨ ਜਿਹੜਾ ਇਹਨਾਂ ਨਸ਼ਿਆਂ ਦੇ ਖਿਲਾਫ ਕੀਤਾ ਹੈ, ਠੀਕ ਹੈ ਜੀ। ਤੇ ਜਿਹੜਾ ਸਾਡਾ ਤੀਜਾ ਮੁੱਦਾ ਹੋਊਗਾ ਉਹ ਐਜੂਕੇਸ਼ਨ ਦਾ ਹੈ ਜੀ, ਅਸੀਂ ਜਦੋਂ ਤੱਕ ਅਸੀਂ ਆਪਣੇ ਸਮਾਜ ਨੂੰ ਐਜੂਕੇਟ ਨਹੀਂ ਕਰਦੇ ਉਦੋਂ ਤੱਕ ਅਸੀਂ ਇਹਨਾਂ ਨੂੰ ਆਪਣੀ ਗੱਲ ਸਮਝਾ ਹੀ ਨਹੀਂ ਸਕਦੇ ਵੀ ਅਸੀਂ ਕੀ ਚਾਹੁੰਦੇ ਹਾਂ। ਠੀਕ ਹੈ ਜੀ, ਠੀਕ ਹੈ ਸਰਬਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਨ ਦੇ ਹਾਂਜੀ, ਲਈ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।